ਰੈਡੀ ਸਬਜ਼ੀਆਂ ਦੇ ਜਾਣਕਾਰ ਕਹਿੰਦੇ ਹਨ ਕਿ ਜੇਕਰ ਕੜਾਕੇ ਦੀ ਸਰਦੀ ਦੇ ਦਿਨਾਂ ਵਿੱਚ ਘਰ ਦੀ ਫੁੱਲ ਗੋਭੀ, ਮਟਰ, ਮੂਲੀ, ਸ਼ਲਗਮ, ਬਰੋਕਲੀ ਅਤੇ ਲੈਟਸ ਖਾਣੇ ਹਨ ਤਾਂ ਘਰ ਬਗੀਚੀ ਵਿੱਚ ਪਸੀਨਾ ਵਹਾਉਣ ਦਾ ਇਹੀ ਸਹੀ ਸਮਾਂ ਹੈ ਡੰਡੀ। ਦਰਅਸਲ ਅੱਜ ਕੱਲ੍ਹ ਭਾਵ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਬਹੁਤ ਸਾਰੀਆਂ ਹਰੀਆਂ ਸਬਜ਼ੀਆਂ ਨੂੰ ਬੀਜਣ ਦਾ ਸਭ ਤੋਂ ਚੰਗਾ ਮੌਸਮ ਹੁੰਦਾ ਹੈ ਡੰਡੀ। ਬਾਰਿਸ਼ ਦਾ ਮੌਸਮ ਖਤਮ ਹੋ ਚੁੱਕਾ ਹੁੰਦਾ ਹੈ ਡੰਡੀ। ਫਿਜ਼ਾ ਵਿੱਚ ਨਮੀ ਹੁੰਦੀ ਹੈ ਜੋ ਬੀਜ ਦੇ ਪੁੰਗਰਨ ਵਿੱਚ ਸਭ ਤੋਂ ਸਹੀ ਮੰਨੀ ਜਾਂਦੀ ਹੈ ਡੰਡੀ। ਇਸ ਲਈ ਇਸ ਮੌਸਮ ਵਿੱਚ ਬੀਜੀਆਂ ਗਈਆਂ ਸਬਜ਼ੀਆਂ ਦੇ ਬੀਜ ਸੌਖਿਆਂ ਹੀ ਉੱਗ ਪੈਂਦੇ ਹਨ ਡੰਡੀ। ਹਾਲ ਹੀ ਦੇ ਸਾਲਾਂ ਵਿੱਚ ਹਿੰਦੁਸਤਾਨ ਦੀਆਂ ਸਭ ਤੋਂ ਮਹਿੰਗੀਆਂ ਸਬਜ਼ੀਆਂ ਵਿੱਚ ਬਰੋਕਲੀ ਹੁੰਦੀ ਸੀ ਡੰਡੀ, ਕਿਉਂਕਿ ਪਹਿਲਾਂ ਇਸ ਉੱਤੇ ਵਿਦੇਸ਼ੀ ਹੋਣ ਦਾ ਠੱਪਾ ਲੱਗਾ ਰਹਿੰਦਾ ਸੀ ਡੰਡੀ। ਪਰ ਅੱਜ ਕੱਲ੍ਹ ਵੱਡੇ ਪੱਧਰ ਉੱਤੇ ਬਰੋਕਲੀ ਖਾਸ ਕਰਕੇ ਮਹਾਂਨਗਰਾਂ ਦੇ ਆਲੇ ਦੁਆਲੇ ਉਗਾਈ ਜਾਂਦੀ ਹੈ ਡੰਡੀ। ਬਰੋਕਲੀ ਦਾ ਇਹਨੀ ਦਿਨੀ ਰੁਝਾਨ ਪੂਰੇ ਦੇਸ਼ ਦੇ ਮਾਹਰਾਂ ਵਿੱਚ ਹੈ ਡੰਡੀ। ਇਸ ਲਈ ਸੌਖਿਆਂ ਹੀ ਰਸੋਈ ਬਗੀਚੀ ਵਿੱਚ ਵੀ ਇਸ ਨੂੰ ਉਗਾਇਆ ਜਾ ਸਕਦਾ ਹੈ ਡੰਡੀ। ਬੀਜ ਜ਼ਰੀਏ ਵੀ ਇਸ ਨੂੰ ਉਗਾ ਸਕਦੇ ਹਾਂ ਅਤੇ ਕਿਸੇ ਨਰਸਰੀ ਤੋਂ ਇਸ ਦੇ ਛੋਟੇ ਬੂਟੇ ਵੀ ਹਾਸਲ ਕੀਤੇ ਜਾ ਸਕਦੇ ਹਨ ਡੰਡੀ। ਜੇਕਰ ਸਹੀ ਢੰਗ ਨਾਲ ਇਸ ਦੀ ਦੇਖ ਰੇਖ ਕੀਤੀ ਜਾਵੇ ਤਾਂ 60 ਤੋਂ 70 ਦਿਨਾਂ ਦੇ ਅੰਦਰ ਸ਼ਾਨਦਾਰ ਆਰਗੈਨਿਕ ਬਰੋਕਲੀ ਰੈਡੀ ਘਰ ਦੇ ਬਗੀਚੇ ਵਿੱਚ ਲਹਿਰਾਂ ਰਹੀ ਹੋਵੇਗੀ ਡੰਡੀ। ਅਕਤੂਬਰ ਦਾ ਮਹੀਨਾ ਸਭ ਤੋਂ ਸਹੀ ਸਮਾਂ ਹੈ ਇਸ ਨੂੰ ਉਗਾਉਣ ਅਤੇ ਲਗਾਉਣ ਦਾ ਡੰਡੀ। ਹਰੇ ਪਿਆਜ਼ ਅਤੇ ਦੇਸੀ ਟਮਾਟਰ ਹਾਲਾਂਕਿ ਸਰਦੀਆਂ ਵਿੱਚ ਬਾਜ਼ਾਰ ਵਿੱਚ ਸੌਖਿਆਂ ਹੀ ਮਿਲਦੇ ਹਨ, ਪਰ ਘਰ ਦੀ ਰਸੋਈ ਬਗੀਚੀ ਵਿੱਚੋਂ ਇਹਨਾਂ ਨੂੰ ਜਿੰਨਾ ਸ਼ੁੱਧ ਹਾਸਲ ਕੀਤਾ ਜਾ ਸਕਦਾ ਹੈ ਬਾਜ਼ਾਰ ਵਿੱਚੋਂ ਨਹੀਂ ਮਿਲੇਗਾ ਡੰਡੀ। ਹਰੇ ਪਿਆਜ਼ ਦੀ ਸਰਦੀਆਂ ਵਿੱਚ ਗਰਮਾ ਗਰਮ ਸੂਪ ਬਣਾਉਣ ਵਿੱਚ ਬਹੁਤ ਵਰਤੋਂ ਹੁੰਦੀ ਹੈ ਡੰਡੀ। ਇਸ ਨੂੰ ਉਗਾਉਣਾ ਜਾਂ ਲਗਾਉਣਾ ਬਹੁਤ ਸੌਖਾ ਹੈ ਡੰਡੀ। ਤੁਸੀਂ ਬਾਜ਼ਾਰ ਤੋਂ 1 ਕਿਲੋ ਹਰੇ ਪਿਆਜ਼ ਖਰੀਦ ਕੇ ਇਸ ਦੀਆਂ ਜੜ੍ਹਾਂ ਨੂੰ ਵੀ ਆਪਣੇ ਘਰ ਦੀ ਰਸੋਈ ਬਗੀਚੀ ਵਿੱਚ ਲਗਾ ਕੇ ਪੂਰੀਆਂ ਸਰਦੀਆਂ ਤਾਜ਼ੇ ਹਰੇ ਪਿਆਜ਼ ਖਾ ਸਕਦੇ ਹੋ ਡੰਡੀ। ਬਸ ਸਹੀ ਤਰ੍ਹਾਂ ਦੇਖਭਾਲ ਕਰਨੀ ਹੋਵੇਗੀ ਡੰਡੀ। ਜੇਕਰ ਗਮਲੇ ਵਿੱਚ ਲਗਾ ਰਹੇ ਹੋ ਤਾਂ ਚੰਗੀ ਉਪਜਾਊ ਮਿੱਟੀ ਬਣਾ ਕੇ ਉਸ ਵਿੱਚ ਓਨੀ ਹੀ ਆਰਗੈਨਿਕ ਖਾਦ ਪਾਓ ਅਤੇ ਲਗਾਤਾਰ ਹਰੇ ਪਿਆਜ਼ ਦੇ ਬੂਟੇ ਨੂੰ ਪਾਣੀ ਦਿੰਦੇ ਰਹੋ। ਉਹਨਾਂ ਦੇ ਆਲੇ ਦੁਆਲਿਓਂ ਘਾਹ ਫੂਸ ਨੂੰ ਕੱਢਦੇ ਰਹੋ, ਇਹ ਤੇਜ਼ੀ ਨਾਲ ਵਾਧਾ ਕਰਦੇ ਹਨ ਡੰਡੀ। ਦੇਸੀ ਟਮਾਟਰ ਵੀ ਆਪਣੀ ਰਸੋਈ ਬਗੀਚੀ ਦਾ ਹੋਵੇ ਤਾਂ ਉਸ ਦੇ ਖਾਣੇ ਦਾ ਮਜ਼ਾ ਅਤੇ ਸਵਾਦ ਹੀ ਕੁਝ ਹੋਰ ਹੁੰਦਾ ਹੈ ਡੰਡੀ। ਟਮਾਟਰ ਵੀ ਰਸੋਈ ਬਗੀਚੀ ਵਿੱਚ ਬਹੁਤ ਸੌਖਿਆਂ ਹੀ ਉਗਾਏ ਜਾ ਸਕਦੇ ਹਨ ਡੰਡੀ।
बाजार विच चाहो तां तुसीं इस दे हाईब्रिड बूटे भी लै सकदे हो। डंडी टैरिस बगीची।